ਦੋਸਤੋ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਜਿਸ ਦੇ ਕਿ ਯੂਟਿਊਬ ਤੋਂ ਲੈ ਕੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਰੋਜ਼ਾਨਾ ਨਾਮ ਆਉਂਦਾ ਹੈ ਤੇ ਜਿਹੜਾ ਪੰਜਾਬੀ ਇੰਡਸਟਰੀ ਨੂੰ ਇਕੱਲਾ ਹੀ ਖਿੱਚੀ ਫਿਰਦਾ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਹੁਣ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਸ਼ੋਅ ਲਾਉਣ ਜਾਵੇਗਾ। ਪਾਕਿਸਤਾਨ ਭਾਈ ਆਉਣਾ, ਪਾਕਿਸਤਾਨ ਜਿੱਦਣ ਮੈਂ ਆਇਆ ਨਾ, ਆਪਾਂ ਹਨੇਰੀ ਲਿਆ ਦੇਣੀ ਆ ਸਾਰਿਆਂ ਦੀ, ਇਕੱਠ ਕਰਨਾ ਉਦਣ, ਇੰਨਾ ਇਕੱਠ ਹੋ ਜਾਣਾ ਸਾਰਿਆਂ ਨੂੰ ਮਿਲ ਕੇ ਜਾਊ ਬਾਈ ਪਾਕਿਸਤਾਨ, ਮੇਰਾ ਵੀ ਸੁਪਨਾ ਆਉਣਾ, ਕੋਈ ਮਸਲੇ ਵਾਲੀ ਗੱਲ ਨਹੀਂ। ਲਾਹੌਰ ਆਉਣਾ, ਇਸਲਾਮਾਬਾਦ ਆਉਣਾ। ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਵੇਖਿਆ ਕਿ ਸਿੱਧੂ ਮੂਸੇਵਾਲਾ ਕਹਿ ਰਿਹਾ ਹੈ ਕਿ ਉਹ ਲਾਹੌਰ ਤੇ ਇਸਲਾਮਾਬਾਦ ਪਾਕਿਸਤਾਨ ਵਿੱਚ ਆਪਣਾ ਲਾਈਵ ਸ਼ੋਅ ਕਰੇਗਾ ਤੇ ਆਪਣੇ ਸਾਰੇ ਹੀ ਫੈਨਸ ਨੂੰ ਮਿਲ ਕੇ ਵੀ ਜਾਵੇਗਾ। ਦੋਸਤੋ, ਪਾਕਿਸਤਾਨ ਵਿੱਚ ਵੀ ਸਿੱਧੂ ਮੂਸੇਵਾਲੇ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੈ ਤੇ ਉੱਥੋਂ ਦਾ ਬੱਚਾ ਬੱਚਾ ਸਿੱਧੂ ਮੂਸੇਵਾਲੇ ਦਾ ਫੈਨ ਹੈ। ਆਪਣੇ ਇੰਸਟਾਗ੍ਰਾਮ ਉੱਪਰ ਲਾਈਵ ਹੋ ਕੇ ਸਿੱਧੂ ਮੂਸੇਵਾਲੇ ਨੇ ਇਹ ਖੁਸ਼ਖਬਰੀ ਦਿੱਤੀ ਤੇ ਨਾਲ ਹੀ ਜਦੋਂ ਇੱਕ ਪਾਕਿਸਤਾਨੀ ਫੈਨਸ ਨੇ ਸਿੱਧੂ ਮੂਸੇਵਾਲੇ ਨੂੰ ਹਥਿਆਰ ਸੌਂਗਾਉਣ ਲਈ ਕਿਹਾ ਤਾਂ ਸਿੱਧੂ ਮੂਸੇਵਾਲੇ ਨੇ ਆਪਣੇ ਫੈਨਸ ਦੀ ਇਹ ਡਿਮਾਂਡ ਵੀ ਪੂਰੀ ਕਰ ਦਿੱਤੀ। ਇੱਕ ਵਾਰੀ ਹਥਿਆਰ ਗਾ ਦਿਓ, ਹਥਿਆਰ ਗਾ ਦੀਏ। ਸਾਡੇ ਕੋਲੋਂ ਸਹਿਮ ਸਹਿਮ ਜੋ ਲੰਘਦੇ ਸੀ, ਸੁਣਿਆ ਮੈਂ ਹੁਣ ਹੱਥ ਗਲਮੇ ਨੂੰ ਪਾਉਣ ਲੱਗੇ। ਬਾਜਾਂ ਬਾਜੋਂ ਦੇਖਣ ਸਮਾਨ ਸੁਣਾ, ਝੁੰਡ ਤਿੱਤਰਾਂ ਦੇ ਉੱਚੀਆਂ ਉਡਾਰੀਆਂ ਲਾਉਣ ਲੱਗੇ। ਸੱਪਾਂ ਵਾਂਗੂ ਵੈਰੀਓ ਸਿਰ ਚੱਕਣ ਲੱਗੇ, ਭੋਰੇ ਸੀ ਉਹ ਜੁੱਤੀ ਵਾਲੀਆਂ ਨੋਕਾਂ ਨੇ। ਕੁਝ ਕੁ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ, ਦਬ ਗਿਆ ਜੱਟ ਵਹਿਮ ਪਾਲ ਦੇ ਲੋਕਾਂ ਨੇ। ਦੋਸਤੋ, ਸਿੱਧੂ ਮੂਸੇਵਾਲੇ ਦੇ ਚਰਚੇ ਤਾਂ ਪੂਰੀ ਦੁਨੀਆ ਵਿੱਚ ਹਨ। ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।